Hello students, in this video lecture we are going to start 7th chapter of 10th class Glimpses of India, Bharat Diyan Chalkiyan. There are three parts of this chapter. First is a baker from Goa, second is Coorg, and third is tea from Assam. And today we will do first part of this chapter, a baker from Goa. I will do line by line Punjabi explanation of this chapter. And I suggest you to open your English book first flight before you, and it will be very helpful to you to understand this chapter. Okay students, we are going to start line by line Punjabi explanation of this chapter. This is a pen portrait of a traditional Goan village baker who still has an important place in his society. ਇਹ ਕੀ ਹੈ? ਇੱਕ ਪੈਨ ਪੋਰਟਰੇਟ ਹੈ. ਪੋਰਟਰੇਟ ਤੁਸੀਂ ਸੁਣਿਆ ਹੋਵੇਗਾ ਕਿ ਤਸਵੀਰ ਨੂੰ ਅਸੀਂ ਪੋਰਟਰੇਟ ਕਹਿੰਦੇ ਹਾਂ, ਅਤੇ ਪੈਨ ਪੋਰਟਰੇਟ ਕੀ ਹੁੰਦਾ ਹੈ? ਜੋ ਇੱਕ ਪੈਨ ਦੇ ਦੁਆਰਾ ਲਿਖਿਆ ਗਿਆ, ਪੈਨ ਦੇ ਦੁਆਰਾ ਡਿਸਕ੍ਰਾਈਬ ਕੀਤਾ ਗਿਆ ਇੱਕ ਤਸਵੀਰ ਹੈ, ਲਿਖ ਕੇ ਡਿਸਕ੍ਰਾਈਬ ਕੀਤੀ ਗਈ ਇੱਕ ਤਸਵੀਰ ਹੀ ਅਸੀਂ ਪੇਸ਼ ਕਰਨ ਜਾ ਰਹੇ ਹਾਂ ਇੱਕ ਗੋਆ ਦੇ ਇੱਕ ਪਿੰਡ ਦੀ, ਜੋ ਗੋਆ ਦੇ ਪਿੰਡ ਵਿੱਚ ਕੀ ਸਨ? ਬੇਕਰ ਸਨ. ਉਸਦੀ ਇੱਕ ਝਲਕ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਦੀ ਹਾਲੇ ਵੀ ਕੀ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਉਹ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਉਹਨਾਂ ਦੀ ਸੋਸਾਇਟੀ ਦੇ ਵਿੱਚ. ਆਰ ਐਲਡਰਸ ਆਰ ਆਫਨ ਹਰਡ ਰੀਮਾਈਂਡਿੰਗ ਨੋਸਟੈਲਜਿਕਲੀ ਅਬਾਊਟ ਦੋਜ਼ ਗੁੱਡ ਓਲਡ ਪੋਰਤਗੀਜ਼ ਡੇਜ਼, ਦਾ ਪੋਰਤਗੀਜ਼ ਐਂਡ ਦੇਅਰ ਫੇਮਸ ਲੋਵਸ ਆਫ ਬ੍ਰੈਡ. ਰਾਈਟਰ ਕੀ ਕਹਿ ਰਿਹਾ ਹੈ ਕਿ ਸਾਡੇ ਜੋ ਐਲਡਰਸ ਹਨ ਉਹ ਅੱਜ ਵੀ ਸੁਣੇ ਜਾ ਸਕਦੇ ਹਨ, ਬਹੁਤ ਹੀ ਇੱਕ ਖੁਸ਼ੀ ਨਾਲ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਪੁਰਾਣੇ ਦਿਨਾਂ ਨੂੰ, ਉਹ ਜੋ ਪੁਰਤਗੀਜ਼ ਦਿਨ ਸਨ, ਜੋ ਪੁਰਤਗਾਲੀ ਲੋਕ ਰਹਿੰਦੇ ਹੁੰਦੇ ਸਨ ਗੋਆ ਦੇ ਵਿੱਚ, ਉਹਨਾਂ ਨੂੰ ਕੀ ਆ ਸਾਡੇ ਐਲਡਰਸ ਅੱਜ ਵੀ ਬੜੀ ਖੁਸ਼ੀ ਨਾਲ ਯਾਦ ਕਰਦੇ ਹਨ. ਉਹਨਾਂ ਪੁਰਤਗੀਜ਼ ਜੋ ਫੇਮਸ ਬ੍ਰੈਡ ਹੁੰਦੇ ਸਨ, ਪੁਰਤਗੀਜ਼ ਬ੍ਰੈਡ ਹੁੰਦੇ ਸਨ, ਉਹਨਾਂ ਨੂੰ ਬੜੇ ਹੀ ਖੁਸ਼ੀ ਨਾਲ ਯਾਦ ਕਰਦੇ ਹਨ, ਕਿਉਂਕਿ ਜੋ ਪੁਰਤਗਾਲੀ ਲੋਕ ਸਨ ਨਾ, ਉਹ ਬ੍ਰੈਡ ਬਹੁਤ ਜ਼ਿਆਦਾ ਖਾਂਦੇ ਸਨ, ਅਤੇ ਉਸ ਸਮੇਂ ਬ੍ਰੈਡ ਵੀ ਬਹੁਤ ਜ਼ਿਆਦਾ ਬਣਦੇ ਸਨ ਗੋਆ ਦੇ ਵਿੱਚ ਜਦੋਂ ਲੋਕ ਇੱਥੇ ਰਹਿੰਦੇ ਹੁੰਦੇ ਸਨ, ਅਤੇ ਹੁਣ ਉਹ ਪੁਰਤਗਾਲੀ ਲੋਕ ਗੋਆ ਦੇ ਵਿੱਚ ਨਹੀਂ ਰਹਿ ਰਹੇ. ਦੋਜ਼ ਈਟਰਸ ਆਫ ਲੋਵਸ ਮਾਈਟ ਹੈਵ ਵੈਨਿਸ਼ਡ, ਉਹ ਜੋ ਲੋਵਸ ਖਾਣ ਵਾਲੇ ਸਨ, ਬ੍ਰੈਡਸ ਨੂੰ ਖਾਣ ਵਾਲੇ ਸਨ, ਉਹ ਸ਼ਾਇਦ ਚਲੇ ਗਏ ਹਨ, ਵੈਨਿਸ਼ਡ ਹੋ ਗਏ ਹਨ, ਇੱਥੋਂ ਅਲੋਪ ਹੋ ਗਏ ਹਨ. ਬਟ ਦਾ ਮੇਕਰਸ ਆਰ ਸਟਿਲ ਦੇਅਰ, ਪਰ ਬ੍ਰੈਡ ਬਣਾਉਣ ਵਾਲੇ ਹਾਲੇ ਵੀ ਉੱਥੇ ਹਨ. ਵੀ ਸਟਿਲ ਹੈਵ ਅਮੰਗੈਸਟ ਅਸ ਦਾ ਮਿਕਸਚਰ, ਅਸੀਂ ਅੱਜ ਵੀ ਸਾਡੇ ਵਿੱਚ ਕੌਣ ਕੌਣ ਹਨ? ਮਿਕਸਚਰਸ ਹਨ ਬ੍ਰੈਡ ਬਣਾਉਣ, ਯਾਨੀ ਕਿ ਜੋ ਬ੍ਰੈਡ ਦਾ ਮਟੀਰੀਅਲ ਮਿਕਸ ਕਰਨ ਵਾਲੇ ਅੱਜ ਵੀ ਹਨ ਉੱਥੇ ਗੋਆ ਦੇ ਵਿੱਚ. ਦਾ ਮਾਊਡਲਰਸ ਜੋ ਬ੍ਰੈਡ ਨੂੰ ਇੱਕ ਸ਼ੇਪ ਦਿੰਦੇ ਸਨ, ਉਹ ਵੀ ਹਨ ਹਾਲੇ. ਐਂਡ ਦੋਜ਼ ਹੂ ਬੇਕ ਦਾ ਲੋਵਸ, ਅਤੇ ਉਹ ਲੋਕ ਵੀ ਹਨ ਜੋ ਇਹਨਾਂ ਬ੍ਰੈਡਸ ਨੂੰ ਪਕਾਉਂਦੇ ਸਨ. ਦੋਜ਼ ਏਜ਼ ਓਲਡ ਟਾਈਮ ਟੈਸਟਡ ਫਰਨੈਂਸ ਸਟਿਲ ਐਗਜ਼ਿਟ. ਪੋਇਟ ਕੀ ਕਹਿ ਰਿਹਾ ਹੈ ਕਿ ਉਹ ਭੱਠੀਆਂ, ਬਹੁਤ ਪੁਰਾਣੀਆਂ ਭੱਠੀਆਂ ਜੋ ਉਸ ਸਮੇਂ ਵੀ ਸਨ ਅਤੇ ਅੱਜ ਵੀ ਹਨ, ਉਹ ਕੀ ਹੈ, ਸਮੇਂ ਨੇ ਉਹਨਾਂ ਨੂੰ ਟੈਸਟ ਕੀਤਾ ਹੈ, ਹਾਲੇ ਵੀ ਉਹ ਕੀ ਹੈ, ਭੱਠੀਆਂ ਉੱਥੇ ਹਨ, ਕੰਮ ਕਰ ਰਹੀਆਂ ਹਨ. ਦ ਫਾਇਰ ਇਜ਼ ਇਨ ਦਾ ਫਰਨੈਂਸ ਹੈਜ਼ ਨੋਟ ਜੈਟ ਬੀਨ ਐਕਸਟਿੰਗਿਸ਼ਡ, ਜੋ ਅੱਗ ਹੈ ਉਹਨਾਂ ਭੱਠੀਆਂ ਦੀ, ਹਾਲੇ ਵੀ ਉਹ ਨਹੀਂ ਬੁਝੀ ਹੈ. ਹਾਲੇ ਵੀ ਨਹੀਂ ਬੁਝੀ ਹੈ ਦਾ ਕੀ ਮਤਲਬ ਹੈ? ਕਿ ਹਾਲੇ ਵੀ ਉਹਨਾਂ ਭੱਠੀਆਂ ਦੇ ਵਿੱਚ ਬ੍ਰੈਡ ਬਣਾਏ ਜਾ ਰਹੇ ਹਨ. ਦਾ ਥਰਡ ਐਂਡ ਜਿੰਗਲ, ਥਰਡ ਐਂਡ ਜਿੰਗਲ ਕੀ ਹੁੰਦੀ ਹੈ? ਆਵਾਜ਼. ਦਾ ਥਰਡ ਐਂਡ ਜਿੰਗਲ ਆਫ ਦਾ ਟ੍ਰੈਡੀਸ਼ਨਲ ਬੇਕਰਸ ਬੈਂਬੋ, ਜੋ ਪੁਰਾਣੇ ਬੇਕਰ ਹੁੰਦੇ ਸਨ, ਇਹ ਜੋ ਬ੍ਰੈਡ ਵਗੈਰਾ ਬਣਾਉਂਦੇ ਸਨ, ਉਹਨਾਂ ਦੇ ਕੋਲ ਕੀ ਹੁੰਦਾ ਸੀ? ਇੱਕ ਬਾਂਸ ਦਾ ਇੱਕ ਡੰਡਾ ਹੁੰਦਾ ਸੀ, ਉਸਦੀ ਆਵਾਜ਼ ਜੋ ਹੈ, ਹੇਡਲਿੰਗ ਹਿਜ਼ ਅਰਾਈਵਲ ਇਨ ਦਾ ਮੋਰਨਿੰਗ, ਇਹ ਕੀ ਹੈ, ਇੱਕ ਅਨਾਊਂਸ ਕਰ ਰਹੀ ਹੁੰਦੀ ਸੀ ਕਿ ਸੁਬਾ ਸੁਬਾ ਜਦ ਉਹ ਆਉਂਦੇ ਸਨ, ਉਹਨਾਂ ਦੇ ਡੰਡੇ ਦੀ, ਬਾਂਸ ਦਾ ਜੋ ਡੰਡਾ ਹੁੰਦਾ ਸੀ, ਉਸਦੀ ਆਵਾਜ਼ ਕੀ ਅਨਾਊਂਸ ਕਰਦੀ ਸੀ ਕਿ ਬੇਕਰਸ ਆ ਰਿਹਾ ਹੈ. ਕੈਨ ਸਟਿਲ ਬੀ ਹਰਡ ਇਨ ਸਮ ਪਲੇਸਿਸ, ਪੋਇਟ ਕਹਿ ਰਿਹਾ ਕਿ ਉਹ ਆਵਾਜ਼ ਹਾਲੇ ਵੀ ਕੁਝ ਜਗ੍ਹਾ ਉੱਤੇ ਗੋਆ ਦੇ ਵਿੱਚ ਸੁਣੀ ਜਾ ਸਕਦੀ ਹੈ. ਇਸ ਦਾ ਮਤਲਬ ਕੀ ਹੋਇਆ ਕਿ ਗੋਆ ਦੇ ਵਿੱਚ ਹਾਲੇ ਵੀ ਉਹ ਬ੍ਰੈਡ ਵੇਚਣ ਵਾਲੇ, ਬ੍ਰੈਡ ਬਣਾਉਣ ਵਾਲੇ ਹਾਲੇ ਵੀ ਕੁਝ ਥਾਵਾਂ ਉੱਤੇ ਹਨ. ਮੇ ਬੀ ਦਾ ਫਾਦਰ ਇਜ਼ ਨੋਟ ਅਲਾਈਵ, ਬਟ ਦਾ ਸਨ ਸਟਿਲ ਕੈਰੀਜ਼ ਔਨ ਦਾ ਫੈਮਿਲੀ ਪ੍ਰੋਫੈਸ਼ਨ, ਭਾਵੇਂ ਦੀ ਪਿਤਾ ਦੀ ਡੈਥ ਹੋ ਚੁੱਕੀ ਹੈ, ਯਾਨੀ ਕਿ ਪੁਰਾਣੇ ਬ੍ਰੈਡ ਬਣਾਉਣ ਵਾਲਿਆਂ ਦੀ ਡੈਥ ਹੋ ਚੁੱਕੀ ਹੈ, ਪਰ ਉਹਨਾਂ ਦੇ ਪੁੱਤਰਾਂ ਨੇ ਇਸ ਪ੍ਰੋਫੈਸ਼ਨ ਨੂੰ ਹਾਲੇ ਵੀ ਕੈਰੀ ਔਨ ਰੱਖਿਆ ਹੋਇਆ ਹੈ. ਦੀਜ਼ ਬੇਕਰਸ ਆਰ ਈਵਨ ਟੂਡੇ ਨੋਨ ਐਜ਼ ਪੈਡਰ ਇਨ ਗੋਆ, ਇਹ ਜੋ ਬੇਕਰਸ ਹਨ ਅੱਜ ਵੀ ਇਹ ਪੈਡਰ ਦੇ ਨਾਮ ਦੇ ਨਾਲ ਜਾਣੇ ਜਾਂਦੇ ਹਨ ਗੋਆ ਦੇ ਵਿੱਚ.
ਪੈਡਰ ਕੀ ਹੈ? ਇੱਕ ਪੁਰਤਗੀਜ਼ ਨੇਮ ਹੈ, ਪੁਰਤਗੀਜ਼ ਲੈਂਗੁਏਜ ਦੇ ਵਿੱਚ ਅਸੀਂ ਬੇਕਰ ਨੂੰ ਪੈਡਰ ਕਹਿ ਦਿੰਦੇ ਹਾਂ। ਡੂਰਿੰਗ ਆਰ ਚਾਈਲਡਹੁੱਡ ਇਨ ਗੋਆ, ਪੋਇਟ ਕਹਿ ਰਿਹਾ ਕਿ ਜਦੋਂ ਮੈਂ ਬੱਚਾ ਸੀ ਗੋਆ ਦੇ ਵਿੱਚ ਸੀ, ਦ ਬੇਕਰ ਯੂਜ਼ ਟੂ ਬੀ ਆਰ ਫਰੈਂਡ ਕੰਪੈਨੀਅਨ ਐਂਡ ਗਾਈਡ। ਜੋ ਬੇਕਰ ਸਨ ਇਹ ਸਾਡੇ ਨਾਲ ਕੀ ਸੀ, ਇੱਕ ਤਰ੍ਹਾਂ ਦੇ ਸਾਡੇ ਸਾਥੀ ਹੀ ਸਨ, ਸਾਡੇ ਫਰੈਂਡਸ ਹੀ ਸਨ ਅਤੇ ਸਾਡੇ ਗਾਈਡ ਸਨ। ਹੀ ਯੂਜ਼ ਟੂ ਕਮ ਐਟ ਲੀਸਟ ਟਵਾਈਸ ਅ ਡੇ, ਉਹ ਅਕਸਰ 2 ਵਾਰ ਦਿਨ ਦੇ ਵਿੱਚ ਆਉਂਦਾ ਹੁੰਦਾ ਸੀ। ਵਾਂਸ ਵੈਨ ਹੀ ਸੈੱਟ ਆਊਟ ਇਨ ਦਾ ਮਾਰਨਿੰਗ ਔਨ ਹਿਸ ਸੈਲਿੰਗ ਰਾਊਂਡ, ਸਭ ਤੋਂ ਪਹਿਲਾਂ ਜਦ ਉਹ ਸਵੇਰ ਆਪਣੇ ਬ੍ਰੈਡਸ ਵਗੈਰਾ ਵੇਚਣ ਦੇ ਲਈ ਆਉਂਦਾ ਸੀ ਓ ਰਾਊਂਡ, ਐਂਡ ਦੈਨ ਅਗੇਨ ਵੈਨ ਹੀ ਰਿਟਰਨਡ ਆਫਟਰ ਐਮਪਟਿੰਗ ਹਿਸ ਹਿਊਜ਼ ਬਾਸਕਟ, ਅਤੇ ਦੁਬਾਰਾ ਕਦ ਉਹ ਆਉਂਦਾ, ਜਦ ਉਹ ਆਪਣੀ ਬਾਸਕਟ ਐਮਪਟੀ ਕਰਕੇ, ਆਪਣੀ ਵੱਡੀ ਬਾਸਕਟ ਦੇ ਵਿੱਚੋਂ ਬ੍ਰੈਡ ਵਗੈਰਾ ਵੇਚ ਕੇ ਦੁਬਾਰਾ ਐਮਪਟੀ ਬਾਸਕਟ ਦੇ ਨਾਲ ਆਉਂਦਾ, ਦੂਸਰਾ ਰਾਊਂਡ ਉਹਦਾ ਉਹ ਹੁੰਦਾ ਸੀ। ਦ ਜਿੰਗਲਿੰਗ ਥਰਡ ਆਫ ਦਾ ਬੈਂਬੋ ਵੋਕ ਅਸ ਅਪ ਫਰੋਮ ਸਲੀਪ, ਇਹ ਜੋ ਜਿੰਗਲਿੰਗ ਥਰਡ ਹੁੰਦੀ ਸੀ, ਆਵਾਜ਼ ਹੁੰਦੀ ਸੀ, ਜੋ ਛਨਕਾਟ ਵਾਲੀ ਆਵਾਜ਼ ਹੁੰਦੀ ਸੀ ਇਸ ਬੈਂਬੋ ਦੀ, ਉਹ ਕੀ ਆ ਸਾਨੂੰ ਉਠਾ ਦਿੰਦੀ ਸੀ ਸਾਡੀ ਨੀਂਦ ਵਿੱਚੋਂ। ਐਂਡ ਵੀ ਰੈਨ ਟੂ ਮੀਟ ਦਾ ਗ੍ਰੇ ਮੀਟ ਐਂਡ ਗ੍ਰੀਟ ਹਿਮ, ਅਤੇ ਅਸੀਂ ਦੌੜਦੇ ਉਸ ਨੂੰ ਮਿਲਣ ਦੇ ਲਈ, ਅਤੇ ਉਸ ਨੂੰ ਕੀ ਹੈ ਉਸ ਦਾ ਸਵਾਗਤ ਕਰਨ ਦੇ ਲਈ ਅਸੀਂ ਦੌੜਦੇ। ਵਾਈ ਵਾਜ਼ ਇਟ ਸੋ, ਇਸ ਤਰ੍ਹਾਂ ਕਿਉਂ ਹੁੰਦਾ ਸੀ? ਪੋਇਟ ਹੀ ਕੁਐਸਚਨ ਕਰ ਰਿਹਾ ਕਿ ਅਸੀਂ ਇਸ ਤਰ੍ਹਾਂ ਕਿਉਂ ਕਰਦੇ ਸੀ। ਵਾਜ਼ ਇਟ ਫੋਰ ਦਾ ਲਵ ਆਫ ਦਾ ਲੋਵ, ਕੀ ਇਹ ਇਸ ਲਈ ਸੀ ਕਿ ਅਸੀਂ ਉਸ ਲੋਵਜ਼ ਨੂੰ ਅਸੀਂ ਕੀ ਕਰਦੇ ਸੀ, ਪਿਆਰ ਕਰਦੇ ਸੀ, ਸਾਨੂੰ ਉਹ ਲੋਵਜ਼ ਚੰਗੀਆਂ ਲੱਗਦੀਆਂ ਸੀ? ਨਾਟ ਐਟ ਆਲ, ਇਸ ਤਰ੍ਹਾਂ ਨਹੀਂ ਸੀ। ਦ ਲੋਵਜ਼ ਵਰ ਬੌਟ ਬਾਈ ਸਮ ਪਾਸਕਿਨਸ ਔਰ ਬਾਸਟਿਨ, ਇਹ ਜੋ ਬ੍ਰੈਡ ਹੁੰਦੇ ਸਨ, ਲੋਵਜ਼ ਹੁੰਦੀਆਂ ਸਨ, ਇਹਨਾਂ ਨੂੰ ਕੌਣ ਖਰੀਦਦਾ ਸੀ? ਪਾਸਕਿਨ ਔਰ ਬਾਸਕਿਨ ਕੀ ਹੈ? ਪੁਰਤਗੀਜ਼ ਲੈਂਗੁਏਜ ਦੇ ਵਿੱਚ ਮੇਡ ਸਰਵੈਂਟਸ ਨੂੰ ਕਿਹਾ ਜਾਂਦਾ ਹੈ, ਜੋ ਨੌਕਰਾਣੀਆਂ ਹੁੰਦੀਆਂ ਹਨ। ਤੇ ਬ੍ਰੈਡਸ ਕੌਣ ਖਰੀਦੀਆਂ ਸੀ? ਮੇਡ ਸਰਵੈਂਟਸ ਆਫ ਦਾ ਹਾਊਸ, ਮੇਡ ਸਰਵੈਂਟਸ ਨੌਕਰਾਣੀਆਂ ਜੋ ਹੁੰਦੀਆਂ ਸਨ ਉਹ ਬ੍ਰੈਡਸ ਖਰੀਦੀਆਂ ਸਨ। ਵਟ ਵੀ ਲੌਂਗਡ, ਅਸੀਂ ਕਿਸ ਚੀਜ਼ ਦੀ ਇੱਛਾ ਕਰਦੇ ਸੀ? ਫੋਰ ਵਰ ਦੋਜ਼ ਬ੍ਰੈਡ ਬੈਂਗਲਸ, ਸਾਨੂੰ ਕੀ ਚੰਗੇ ਲੱਗਦੇ ਸੀ? ਬ੍ਰੈਡ ਬੈਂਗਲਸ ਵਿਚ ਵੀ ਚੂਜ਼ ਕੇਅਰਫੁਲੀ, ਜਿਨ੍ਹਾਂ ਨੂੰ ਅਸੀਂ ਬੜੇ ਧਿਆਨ ਨਾਲ ਚੁਣਦੇ ਹੁੰਦੇ ਸੀ। ਸਮਟਾਈਮਸ ਇਟ ਵਾਸ ਸਵੀਟ ਬ੍ਰੈਡ ਆਫ ਸਪੈਸ਼ਲ ਮੇਕ, ਕਦੇ ਕਦੇ ਤਾਂ ਇਹ ਕੀ ਹੈ ਸਵੀਟ ਬ੍ਰੈਡ ਹੁੰਦੇ ਸੀ ਜੋ ਸਪੈਸ਼ਲ ਬਣਾਏ ਜਾਂਦੇ ਸੀ। ਦ ਬੇਕਰ ਮੇਡ ਹਿਸ ਮਿਊਜ਼ੀਕਲ ਐਂਟਰੀ ਔਨ ਦਾ ਸੀਨ ਵਿਦ ਦਾ ਜੰਗਲ ਜੰਗ ਜੰਗ ਸਾਊਂਡ ਆਫ ਹਿਸ ਸਪੈਸ਼ਲ ਮੇਡ ਬੈਂਬੋ ਸਟਫ, ਜੋ ਇੱਕ ਬੇਕਰ ਹੁੰਦਾ ਸੀ ਉਹ ਆਪਦੀ ਮਿਊਜ਼ੀਕਲ ਐਂਟਰੀ ਕਰਦਾ ਸੀ, ਜਦੋਂ ਆਉਂਦਾ ਸੀ ਇੱਕ ਮਿਊਜ਼ਿਕ ਸੁਣਾਈ ਦਿੰਦਾ ਸੀ, ਜੋ ਉਸਦਾ ਸਪੈਸ਼ਲ ਇੱਕ ਬੈਂਬੋ ਦਾ ਇੱਕ ਡੰਡਾ ਬਣਾਇਆ ਹੁੰਦਾ ਸੀ, ਬਾਂਸ ਦਾ ਇੱਕ ਸਟਾਫ, ਕਿਸ ਨੂੰ ਕਹਿੰਦੇ ਆ ਡੰਡੇ ਨੂੰ, ਉਸਦੀ ਆਵਾਜ਼ ਆਉਂਦੀ ਸੀ, ਇਸ ਤਰ੍ਹਾਂ ਮਿਊਜ਼ੀਕਲ ਐਂਟਰੀ ਉਸਦੀ ਹੁੰਦੀ। ਵਨ ਹੈਂਡ ਸਪੋਰਟਡ ਦਾ ਬਾਸਕਟ ਔਨ ਹਿਸ ਹੈਡ, ਇੱਕ ਹੈਂਡ ਤਾਂ ਉਸਦੀ ਬਾਸਕਟ ਨੂੰ ਉਸਨੇ ਪਾਇਆ ਹੁੰਦਾ ਸੀ ਉਸਨੂੰ ਸਪੋਰਟ ਕਰਨ ਦੇ ਲਈ, ਐਂਡ ਦਾ ਅਦਰ ਹੈਂਡ ਬੈਂਗ ਦਾ ਬੈਂਬੋ ਔਨ ਦਾ ਗਰਾਊਂਡ, ਅਤੇ ਦੂਜੇ ਹੱਥ ਨਾਲ ਉਹ ਆਪਣੇ ਬਾਂਸ ਦੇ ਡੰਡੇ ਨੂੰ ਕੀ ਹੈ ਗਰਾਊਂਡ ਉੱਪਰ, ਧਰਤੀ ਦੇ ਉੱਪਰ ਮਾਰਿਆ ਕਰਦਾ ਸੀ। ਹੀ ਵੁੱਡ ਗਰੀਟ ਦਾ ਲੇਡੀ ਆਫ ਦਾ ਹਾਊਸ ਵਿਦ ਗੁੱਡ ਮਾਰਨਿੰਗ, ਐਂਡ ਦੈਨ ਪਲੇਸ ਹਿਸ ਬਾਸਕਟ ਔਨ ਦਾ ਵਰਟੀਕਲ ਬੈਂਬੋ, ਉਹ ਕੀ ਹੈ ਘਰ ਵਾਲੀ ਜੋ ਔਰਤ ਹੁੰਦੀ ਸੀ ਉਸਨੂੰ ਗੁੱਡ ਮਾਰਨਿੰਗ ਕਿਹਾ ਕਰਦਾ ਸੀ, ਅਤੇ ਆਪਣੀ ਜੋ ਸਿੱਧੀ ਖੜੀ ਹੋਈ ਬੈਂਬੋ ਦਾ ਜੋ ਡੰਡਾ ਹੁੰਦਾ ਸੀ ਉਸਦੇ ਉੱਪਰ ਆਪਣੀ ਬਾਸਕਟ ਨੂੰ ਰੱਖ ਦਿੰਦਾ ਸੀ। ਵੀ ਕਿਡਸ ਵੁੱਡ ਬੀ ਪੁਸ਼ਡ ਅਸਾਈਡ ਵਿਦ ਅ ਮਾਈਲਡ ਰਿਬਿਊਕ, ਸਾਨੂੰ ਬੱਚਿਆਂ ਨੂੰ ਇੱਕ ਪਾਸੇ ਧਕੇਲ ਦਿੱਤਾ ਜਾਂਦਾ ਥੋੜਾ ਜਿਹਾ ਝਿੜਕ ਕੇ, ਐਂਡ ਦਾ ਲੋਵਸ ਵੁੱਡ ਬੀ ਡਿਲੀਵਰਡ ਟੂ ਦਾ ਸਰਵੈਂਟਸ, ਅਤੇ ਜੋ ਬ੍ਰੈਡਸ ਹੁੰਦੇ ਸੀ ਉਹ ਸਰਵੈਂਟਸ ਨੂੰ ਦਿੱਤੇ ਜਾਂਦੇ ਸੀ। ਬਟ ਵੀ ਵੁੱਡ ਨਾਟ ਗਿਵ ਅਪ, ਪਰ ਅਸੀਂ ਵੀ ਗਿਵ ਅਪ ਕੀ ਹੁੰਦਾ ਪਿੱਛੇ ਹਟਣਾ, ਪਰ ਅਸੀਂ ਵੀ ਪਿੱਛੇ ਨਹੀਂ ਹਟਦੇ ਸੀ। ਵੀ ਵੁੱਡ ਕਲਾਈਮ ਅ ਬੈਂਚ, ਜਾਂ ਤਾਂ ਅਸੀਂ ਕਿਸੇ ਬੈਂਚ ਉੱਪਰ ਚੜ ਜਾਂਦੇ ਔਰ ਦਾ ਪੈਰਾਪੈਟ, ਜਾਂ ਕਿਸੇ ਉੱਚੀ ਜਗ੍ਹਾ ਉੱਪਰ ਚੜ ਜਾਂਦੇ, ਐਂਡ ਪੀਪ ਇਨਟੂ ਦਾ ਬਾਸਕਟ, ਅਤੇ ਬਾਸਕਟ ਦੇ ਵਿੱਚ ਕੀ ਹੈ ਝਾਤੀ ਮਾਰਦੇ। ਸਮਹਾਉ ਕਿਸੇ ਤਰ੍ਹਾਂ ਕਿਸੇ ਢੰਗ ਨਾਲ ਅਸੀਂ ਬਾਸਕਟ ਦੇ ਵਿੱਚ ਕੀ ਹੈ ਝਾਤੀ ਮਾਰ ਹੀ ਲੈਂਦੇ। ਆਈ ਕੈਨ ਸਟਿਲ ਰਿਕਾਲ ਦਾ ਟਿਪੀਕਲ ਫ੍ਰੈਗਰੈਂਸ ਆਫ ਦੋਜ਼ ਲੋਵਜ਼, ਮੈਨੂੰ ਹਾਲੇ ਵੀ ਯਾਦ ਹੈ ਉਹ ਜੋ ਫ੍ਰੈਗਰੈਂਸ ਹੁੰਦੀ ਸੀ, ਉਹ ਖੁਸ਼ਬੂ ਹੁੰਦੀ ਸੀ ਉਸ ਲੋਵਜ਼ ਦੀ, ਉਹਨਾਂ ਬ੍ਰੈਡਸ ਦੀ, ਉਹ ਮੈਨੂੰ ਹਾਲੇ ਵੀ ਯਾਦ ਹੈ। ਲੋਵਜ਼ ਫਾਰ ਦਾ ਐਲਡਰਸ ਐਂਡ ਦਾ ਬੈਂਗਲਸ ਫਾਰ ਦਾ ਚਿਲਡਰਨ, ਜੋ ਬ੍ਰੈਡਸ ਹੁੰਦੇ ਸੀ, ਲੋਵਜ਼ ਹੁੰਦੀਆਂ ਸੀ, ਉਹ ਵੱਡੇ ਲੋਕਾਂ ਦੇ ਲਈ ਹੁੰਦੀਆਂ ਸੀ, ਵੱਡੇ ਵਿਅਕਤੀਆਂ ਦੇ ਲਈ, ਅਤੇ ਸਾਡੇ ਲਈ ਕੀ ਹੁੰਦੀਆਂ ਸੀ ਜੋ ਬੈਂਗਲਸ ਹੁੰਦੀਆਂ ਸੀ, ਬੈਂਗਲ ਟਾਈਪ ਇਹ ਬ੍ਰੈਡ ਹੀ ਹੁੰਦੇ ਸੀ, ਤੇ ਸਵੀਟ ਬ੍ਰੈਡਸ ਹੁੰਦੇ ਸੀ, ਇਹ ਬੱਚਿਆਂ ਦੇ ਲਈ ਹੁੰਦੇ ਸੀ। ਦੈਨ ਵੀ ਡਿਡ ਨਾਟ ਈਵਨ ਕੇਅਰ ਟੂ ਬ੍ਰਸ਼ ਆਰ ਟੀਥ ਔਰ ਵਾਸ਼ ਆਰ ਮਾਊਥ, ਅਸੀਂ ਤਾਂ ਆਪਣੇ ਦੰਦ ਬ੍ਰਸ਼ ਕਰਨਾ ਅਤੇ ਆਪਣਾ ਮੂੰਹ ਧੋਣਾ ਇਸ ਨੂੰ ਵੀ ਪ੍ਰੋਪਰਲੀ ਨਹੀਂ ਧੋਂਦੇ ਸੀ, ਪ੍ਰੋਪਰਲੀ ਅਸੀਂ ਕੀ ਆ ਦੰਦ ਵੀ ਸਾਫ਼ ਨਹੀਂ ਕਰਦੇ ਸੀ ਅਤੇ ਮੂੰਹ ਵੀ ਨਹੀਂ ਧੋਂਦੇ ਸੀ। ਐਂਡ ਵਾਈ ਸ਼ੁੱਡ ਵੀ, ਅਤੇ ਅਸੀਂ ਧੋਂਦੇ ਵੀ ਕਿਉਂ?
Who would take care trouble of plucking the mango leaf from the for the toothbrush? ਹੁਣ ਇੰਨੀ ਕੌਣ ਸਿਰਦਰਦੀ ਲੈਂਦਾ ਕਿ ਜੋ ਮੈਂਗੋ ਟ੍ਰੀ ਦੇ ਉੱਤੋਂ ਕੋਈ ਟਹਿਣੀ ਵਗੈਰਾ ਤੋੜ ਕੇ ਜੋ ਜਿਸ ਨੂੰ ਉਹ ਦਾਤਣ ਵਗੈਰਾ ਦੇ ਲਈ ਯੂਜ਼ ਕਰਦੇ ਸਨ ਉਸ ਤੋਂ ਮੈਂਗੋ ਲੀਵਸ ਪਹਿਲਾਂ ਅਲੱਗ ਕਰਦਾ ਅਤੇ ਉਸ ਦੀ ਦਾਤਣ ਬਣਾ ਕੇ ਉਸ ਦੇ ਨਾਲ ਟੁੱਥਬ੍ਰਸ਼ ਕਰਦਾ ਇੰਨੀ ਅਸੀਂ ਪਰਵਾਹ ਨਹੀਂ ਕਰਦੇ ਸੀ ਐਂਡ ਵਾਈ ਵਾਜ਼ ਇਟ ਨੈਸੈਸਰੀ ਐਟ ਆਲ ਅਤੇ ਜ਼ਰੂਰੀ ਵੀ ਕਿਉਂ ਸੀ ਦ ਟਾਈਗਰ ਨੈਵਰ ਬ੍ਰਸ਼ ਡਿਜ਼ ਟੀਥ ਟਾਈਗਰ ਵੀ ਕਦੇ ਵੀ ਆਪਣੇ ਦੰਦ ਸਾਫ਼ ਨਹੀਂ ਕਰਦਾ ਟਾਈਗਰ ਦੀ ਰੀਸ ਇਹ ਕਰ ਰਹੇ ਸਨ ਹੌਟ ਟੀ ਕੁਡ ਵਾਸ਼ ਐਂਡ ਕਲੀਨ ਅਪ ਐਵਰੀਥਿੰਗ ਸੋ ਨਾਈਸਲੀ ਆਫਟਰ ਆਲ ਜਿਹੜੀ ਗਰਮ ਚਾਹ ਅਸੀਂ ਪੀਂਦੇ ਸੀ ਉਸ ਦੇ ਨਾਲ ਬਿਲਕੁਲ ਸਭ ਕੁਝ ਹੀ ਸਾਫ਼ ਹੋ ਜਾਂਦਾ ਸੀ ਆਪਣੇ ਆਪ ਮੈਰਿਜ ਗਿਫਟਸ ਆਰ ਮੀਨਿੰਗਲੈਸ ਵਿਦਆਊਟ ਦਾ ਸਵੀਟ ਬ੍ਰੈਡ ਨੋਨ ਐਜ਼ ਦਾ ਬਾਲ ਜੋ ਮੈਰਿਜ ਗਿਫਟਸ ਹੁੰਦੇ ਸੀ ਉਹ ਮੀਨਿੰਗਲੈਸ ਹੁੰਦੇ ਸੀ ਵਿਦਆਊਟ ਦਾ ਸਵੀਟ ਬ੍ਰੈਡ ਇੱਕ ਸਵੀਟ ਬ੍ਰੈਡ ਹੁੰਦਾ ਸੀ ਜਿਸ ਨੂੰ ਬਾਲ ਕਿਹਾ ਜਾਂਦਾ ਸੀ ਉਸ ਤੋਂ ਬਿਨਾਂ ਜੋ ਮੈਰਿਜ ਗਿਫਟਸ ਹੁੰਦੇ ਸਨ ਉਹ ਬਿਲਕੁਲ ਮੀਨਿੰਗਲੈਸ ਮੰਨੇ ਜਾਂਦੇ ਸਨ ਜਸਟ ਐਜ਼ ਅ ਪਾਰਟੀ ਔਰ ਅ ਫੀਸਟ ਲੋਜ਼ਸ ਇਟਸ ਚਾਰਮ ਵਿਦਆਊਟ ਬ੍ਰੈਡ ਅਤੇ ਇਹਨਾਂ ਬ੍ਰੈਡਸ ਤੋਂ ਬਿਨਾਂ ਕੋਈ ਵੀ ਪਾਰਟੀ ਵਗੈਰਾ ਕੋਈ ਫੀਸਟ ਵਗੈਰਾ ਉਸਨੂੰ ਕੀ ਹੈ ਬਿਲਕੁਲ ਬੇਕਾਰ ਹੀ ਮੰਨਿਆ ਜਾਂਦਾ ਸੀ ਆਪਣੀ ਉਸ ਤਰ੍ਹਾਂ ਦੀ ਖੁਸ਼ੀ ਉਹ ਬਿਲਕੁਲ ਗਵਾ ਦਿੰਦੀ ਸੀ ਜੇਕਰ ਇਹ ਬ੍ਰੈਡਸ ਨਾ ਹੁੰਦੇ ਨੋਟ ਇਨਫ ਕੈਨ ਬੀ ਸੈਡ ਟੂ ਸ਼ੋ ਹਾਓ ਇੰਪੋਰਟੈਂਟ ਅ ਬੇਕਰ ਕੈਨ ਬੀ ਫੋਰ ਅ ਵਿਲੇਜ ਹੁਣ ਇਹ ਕਿਹਾ ਹੀ ਨਹੀਂ ਜਾ ਸਕਦਾ ਕਿ ਇੱਕ ਬੇਕਰ ਦੀ ਕੀ ਮਹੱਤਤਾ ਹੁੰਦੀ ਸੀ ਇੱਕ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਮਹੱਤਤਾ ਹੁੰਦੀ ਸੀ ਦ ਲੇਡੀ ਆਫ ਅ ਹਾਊਸ ਮਸਟ ਪ੍ਰਿਪੇਅਰ ਸੈਂਡਵਿਚਸ ਔਨ ਦਾ ਓਕੇਜ਼ਨ ਆਫ ਅ ਡਾਟਰਸ ਐਂਗੇਜਮੈਂਟ ਇੱਕ ਲੇਡੀ ਆਪਣੀ ਪੁੱਤਰੀ ਦੀ ਐਂਗੇਜਮੈਂਟ ਤੇ ਬ੍ਰੈਡਸ ਜੋ ਸੈਂਡਵਿਚਸ ਹੁੰਦੇ ਸਨ ਉਹ ਜ਼ਰੂਰ ਬਣਾਉਂਦੀ ਹੁੰਦੀ ਸੀ ਕੇਕਸ ਐਂਡ ਬੋਲਿੰਗਸ ਆਰ ਅ ਮਸਟ ਫੋਰ ਕ੍ਰਿਸਮਸ ਐਜ ਵੈਲ ਐਜ ਅਦਰ ਫੈਸਟੀਵਲਸ ਜੋ ਕੇਕਸ ਹੁੰਦੇ ਸਨ ਜਾਂ ਜੋ ਬੋਲਿੰਗਸ ਕੀ ਹੁੰਦੇ ਆ ਇਹ ਕੋਕੋਨਟ ਕੁਕੀਜ਼ ਨੂੰ ਕਹਿੰਦੇ ਹਾਂ ਅਸੀਂ ਕੋਕੋਨਟ ਦੇ ਬਣੇ ਬਿਸਕਿਟਸ ਵਗੈਰਾ ਇਹ ਜ਼ਰੂਰ ਕ੍ਰਿਸਮਸ ਉੱਤੇ ਜਾਂ ਹੋਰ ਫੈਸਟੀਵਲਸ ਦੇ ਲਈ ਜ਼ਰੂਰ ਬਣਾਏ ਜਾਂਦੇ ਸਨ ਦਸ ਦਾ ਪ੍ਰੈਜੈਂਸ ਆਫ ਦਾ ਬੇਕਰ ਬੇਕਰਸ ਫਾਈਨਾਂਸ ਇਨ ਦਾ ਵਿਲੇਜ ਇਜ਼ ਐਬਸੋਲਿਊਟਲੀ ਅਸੈਂਸ਼ੀਅਲ ਇਸ ਤਰ੍ਹਾਂ ਇੱਕ ਬੇਕਰ ਦੀ ਜੋ ਭੱਠੀ ਹੁੰਦੀ ਸੀ ਉਹ ਇੱਕ ਪਿੰਡ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੁੰਦੀ ਸੀ ਕਿਉਂਕਿ ਅਕਸਰ ਜ਼ਰੂਰਤ ਪੈਂਦੀ ਰਹਿੰਦੀ ਸੀ ਦ ਬੇਕਰ ਆਫ ਬ੍ਰੈਡ ਸੈਲਰ ਆਫ ਦੋਜ਼ ਡੇਜ਼ ਜੋ ਬੇਕਰ ਹੁੰਦੇ ਸੀ ਜਾਂ ਬ੍ਰੈਡ ਸੈਲਰਸ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਹੈਡ ਅ ਪੈਕੂਲਰ ਡਰੈਸ ਨੋਨ ਐਜ਼ ਦਾ ਕਬਾਈ ਉਹਨਾਂ ਦੀ ਇੱਕ ਸਪੈਸ਼ਲ ਡਰੈਸ ਹੁੰਦੀ ਸੀ ਜਿਸ ਨੂੰ ਕਬਾਈ ਕਿਹਾ ਜਾਂਦਾ ਸੀ ਇਟ ਵਾਜ਼ ਅ ਸਿੰਗਲ ਪੀਸ ਲੌਂਗ ਫਰੋਕ ਰੀਚਿੰਗ ਡਾਊਨ ਟੂ ਦਾ ਨੀਜ਼ ਇਹ ਕੀ ਹੁੰਦੀ ਸੀ ਇੱਕ ਸਿੰਗਲ ਪੀਸ ਦੀ ਬਣੀ ਹੋਈ ਲੌਂਗ ਫਰੋਕ ਹੁੰਦੀ ਸੀ ਇੱਕ ਹੀ ਕੱਪੜਾ ਹੁੰਦਾ ਸੀ ਇਹ ਦੋ ਪਾਰਟ ਨਹੀਂ ਹੁੰਦੇ ਸਨ ਇੱਕ ਹੀ ਲੰਮੀ ਫਰੋਕ ਹੁੰਦੀ ਸੀ ਇਨ ਆਰ ਚਾਈਲਡਹੁੱਡ ਵੀ ਸੋ ਬੇਕਰਸ ਵੀਰਿੰਗ ਅ ਸ਼ਰਟ ਪਰ ਰਾਈਟਰ ਕਹਿ ਰਿਹਾ ਕਿ ਮੈਂ ਆਪਣੇ ਬਚਪਨ ਦੇ ਵਿੱਚ ਜੋ ਬੇਕਰਸ ਵੇਖੇ ਉਹਨਾਂ ਦੇ ਇੱਕ ਸ਼ਰਟ ਪਹਿਨੀ ਹੁੰਦੀ ਸੀ ਅਤੇ ਟਰਾਊਜ਼ਰ ਵਿੱਚ ਵਰ ਸ਼ੋਰਟਰ ਦੈਨ ਫੁੱਲ ਲੈਂਥ ਜਿਹੜੀ ਕੀ ਹੈ ਫੁੱਲ ਲੈਂਥ ਤੋਂ ਘੱਟ ਹੁੰਦੀ ਸੀ ਵੰਸ ਐਂਡ ਲੌਂਗਰ ਦੈਨ ਹਾਫ ਪੈਂਟਸ ਅਤੇ ਹਾਫ ਪੈਂਟ ਤੋਂ ਉਹ ਕੀ ਹੈ ਲੰਮੀ ਹੁੰਦੀ ਸੀ ਜਿਸ ਤਰ੍ਹਾਂ ਕੈਫਰੀ ਟਾਈਪ ਬੱਚੇ ਪਹਿਣ ਲੈਂਦੇ ਹਨ ਇਸ ਤਰ੍ਹਾਂ ਦੀ ਹੁੰਦੀ ਸੀ ਗੋਡਿਆਂ ਤੋਂ ਥੱਲੇ ਉਹ ਪਹੁੰਚਦੀ ਹੁੰਦੀ ਸੀ ਰਾਈਟਰ ਕਹਿ ਰਿਹਾ ਕਿ ਮੈਂ ਆਪਣੇ ਟਾਈਮ ਜਿਹੜੇ ਬੇਕਰ ਵੇਖੇ ਹਨ ਉਹਨਾਂ ਦੇ ਸ਼ਰਟ ਪਹਿਨੀ ਹੁੰਦੀ ਸੀ ਅਤੇ ਪੈਂਟ ਕਿਹੋ ਜਿਹੀ ਪਹਿਨੀ ਹੁੰਦੀ ਸੀ ਹਾਫ ਪੈਂਟ ਜੋ ਗੋਡਿਆਂ ਤੋਂ ਹੇਠਾਂ ਪਹੁੰਚਦੀ ਸੀ ਜੋ ਟ੍ਰੈਡੀਸ਼ਨਲ ਬੇਕਰਸ ਹੁੰਦੇ ਸੀ ਉਸ ਤੋਂ ਵੀ ਪੁਰਾਣੇ ਬੇਕਰਸ ਹੁੰਦੇ ਸੀ ਉਹ ਕਬਾਈ ਪਹਿਨਦੇ ਸੀ ਜੋ ਕਿ ਇੱਕ ਫਰੋਕ ਟਾਈਪ ਇੱਕ ਗਾਰਮੈਂਟ ਹੁੰਦਾ ਸੀ ਈਵਨ ਟੂਡੇ ਐਨੀਵਨ ਹੂ ਵੀਅਰਸ ਆ ਹਾਫ ਪੈਂਟ ਇੱਥੋਂ ਤੱਕ ਕਿ ਅੱਜ ਵੀ ਜੇਕਰ ਕੋਈ ਹਾਫ ਪੈਂਟ ਪਹਿਣ ਲਵੇ ਵਿੱਚ ਰੀਚਸ ਜਸਟ ਬਿਲੋ ਦਾ ਨੀਜ਼ ਜਿਹੜੀ ਕੀ ਹੈ ਉਸਦੇ ਗੋਡਿਆਂ ਤੋਂ ਹੇਠਾਂ ਪਹੁੰਚਦੀ ਹੋਵੇ ਇਨਵਾਈਟਸ ਦਾ ਕਮੈਂਟ ਦੈਟ ਹੀ ਇਜ਼ ਡਰੈਸਡ ਲਾਈਕ ਅ ਪੈਡਲਰ ਤਾਂ ਉਸਨੂੰ ਕੀ ਕਮੈਂਟ ਸੁਣਨਾ ਪਵੇਗਾ ਕਿ ਉਹ ਬਿਲਕੁਲ ਇੱਕ ਪੈਡਲਰ ਹੀ ਲੱਗ ਰਿਹਾ ਹੈ ਦ ਬੇਕਰ ਯੂਜ਼ਲੀ ਕੁਲੈਕਟਡ ਹਿਜ਼ ਬਿਲਸ ਐਟ ਦਾ ਐਂਡ ਆਫ ਦਾ ਮੰਥ ਜੋ ਬੇਕਰਸ ਹੁੰਦੇ ਸਨ ਆਪਣੇ ਬਿਲਸ ਵਗੈਰਾ ਕਦੋਂ ਇਕੱਠੇ ਕਰਦੇ ਸਨ ਪੈਸੇ ਕਦੋਂ ਲੈਂਦੇ ਸਨ ਮਹੀਨੇ ਦੇ ਐਂਡ ਵਿੱਚ ਜਿਸ ਤਰ੍ਹਾਂ ਇੱਕ ਨਿਊਜ਼ਪੇਪਰ ਵੇਚਣ ਵਾਲਾ ਵਿਅਕਤੀ ਹੁੰਦਾ ਐਂਡ ਵਿੱਚ ਉਹ ਪੈਸੇ ਲੈਣ ਆਉਂਦਾ ਹੈ ਤਾਂ ਇਸੇ ਤਰ੍ਹਾਂ ਹੀ ਬੇਕਰਸ ਵੀ ਮਹੀਨੇ ਦੇ ਐਂਡ ਵਿੱਚ ਆਪਣੇ ਜੋ ਚਾਰਜਸ ਹੁੰਦੇ ਸੀ ਪੈਸੇ ਹੁੰਦੇ ਸੀ ਉਹਨਾਂ ਬ੍ਰੈਡਸ ਦੇ ਲੈਂਦੇ ਸੀ ਮੰਥਲੀ ਅਕਾਊਂਟਸ ਯੂਜ਼ ਟੂ ਬੀ ਰਿਕਾਰਡਡ ਔਨ ਸਮ ਵਾਲ ਇਨ ਪੈਨਸਲ ਅਤੇ ਲੋਕ ਕੀ ਕਰਦੇ ਸਨ ਜੋ ਮੰਥਲੀ ਅਕਾਊਂਟਸ ਹੁੰਦਾ ਸੀ ਇਹਨਾਂ ਦਾ ਹਿਸਾਬ ਕਿਤਾਬ ਹੁੰਦਾ ਸੀ ਬੇਕਰਸ ਦਾ ਉਹ ਕੀ ਹੈ ਇੱਕ ਵਾਲ ਉੱਤੇ ਦੀਵਾਰ ਉੱਤੇ ਪੈਨਸਲ ਦੇ ਨਾਲ ਹੀ ਲਿਖ ਲਿਆ ਕਰਦੇ ਸਨ ਬੇਕਿੰਗ ਵਾਜ਼ ਇਨਡੀਡ ਅ ਪ੍ਰੋਫਿਟੇਬਲ ਪ੍ਰੋਫੈਸ਼ਨ ਇਨ ਓਲਡ ਡੇਜ਼ ਜੋ ਬੇਕਿੰਗ ਸੀ
ਅਸਲ ਵਿੱਚ ਇੱਕ ਬਹੁਤ ਹੀ ਪ੍ਰੋਫਿਟੇਬਲ ਇਨਕਮ ਵਾਲਾ ਇੱਕ ਕੰਮ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ। ਦਾ ਬੇਕਰ ਐਂਡ ਹਿਸ ਫੈਮਿਲੀ ਨੈਵਰ ਸਟਾਰਵਡ, ਇੱਕ ਬੇਕਰ ਅਤੇ ਉਸਦਾ ਪਰਿਵਾਰ ਕਦੇ ਵੀ ਭੁੱਖੇ ਨਹੀਂ ਮਰਦੇ ਸੀ। ਹੀ ਹਿਸ ਫੈਮਿਲੀ ਐਂਡ ਹਿਸ ਸਰਵੈਂਟਸ ਆਲਵੇਜ਼ ਲੁਕਡ ਹੈਪੀ ਐਂਡ ਪ੍ਰੋਸਪੀਰੀਅਸ। ਬੇਕਰ ਆਪ, ਉਸਦਾ ਪਰਿਵਾਰ ਅਤੇ ਉਸਦੇ ਨੌਕਰ ਵੀ ਹਮੇਸ਼ਾ ਬੜੇ ਹੀ ਖੁਸ਼ ਅਤੇ ਖੁਸ਼ਹਾਲ ਦਿਸਦੇ ਹੁੰਦੇ ਸਨ ਕਿ ਕਾਫੀ ਪੈਸਾ ਧੇਲਾ ਵੀ ਉਹਨਾਂ ਕੋਲ ਹੁੰਦਾ ਸੀ। ਦੇਅਰ ਪਲੰਪ ਫਿਜ਼ੀਕਿਊ, ਉਹਨਾਂ ਦਾ ਜੋ ਗੋਲ ਮਟੋਲ ਸਰੀਰ ਹੁੰਦਾ ਸੀ, ਵਾਜ਼ ਆ ਓਪਨ ਟੈਸਟਮਨੀ ਟੂ ਦਿਸ। ਇਹ ਕੀ ਹੈ, ਇੱਕ ਓਪਨ ਸਬੂਤ ਹੁੰਦਾ ਸੀ ਕਿ ਉਹ ਕਾਫੀ ਧਨਵਾਨ ਹਨ, ਕਾਫੀ ਪੈਸੇ ਵਿੱਚ ਹਨ। ਈਵਨ ਟੂਡੇ ਐਨੀ ਪਰਸਨ ਵਿਦ ਅ ਜੈਕ ਫਰੂਟ ਲਾਈਕ ਫਿਜ਼ੀਕਲ ਅਪੀਅਰੈਂਸ, ਇੱਥੋਂ ਤੱਕ ਕਿ ਅੱਜ ਵੀ ਜੇਕਰ ਕੋਈ ਵਿਅਕਤੀ ਜੈਕ ਫਰੂਟ ਵਰਗਾ ਲੱਗਦਾ ਹੋਵੇ, ਜੈਕ ਫਰੂਟ ਨੂੰ ਕੀ ਕਹਿੰਦੇ ਹਨ, ਕਟਹਲ, ਇਸ ਦੀ ਇੱਕ ਸਬਜ਼ੀ ਬਣਦੀ ਹੈ, ਜੇਕਰ ਉਸ ਤਰ੍ਹਾਂ ਦਾ ਕੋਈ ਵਿਅਕਤੀ ਅੱਜ ਵੀ ਸਾਨੂੰ ਮੋਟਾ ਜਿਹਾ ਵਿਅਕਤੀ ਦਿਸੇ, ਇਜ਼ ਈਜ਼ੀਲੀ ਕੰਪੇਅਰਡ ਟੂ ਅ ਬੇਕਰ। ਉਸਨੂੰ ਕੀ ਹੈ, ਆਸਾਨੀ ਨਾਲ ਕੀ ਹੈ, ਕੰਪੇਅਰ ਕੀਤਾ ਜਾ ਸਕਦਾ ਇੱਕ ਬੇਕਰ ਦੇ ਨਾਲ ਕਿ ਇਸ ਤਰ੍ਹਾਂ ਦੇ ਬੇਕਰਸ ਹੁੰਦੇ ਸਨ। ਓਕੇ ਸਟੂਡੈਂਟਸ, ਇਸ ਚੈਪਟਰ ਵਿੱਚ ਅਸੀਂ ਗੋਆ ਦੇ ਵਿੱਚ ਜੋ ਬੇਕਰਸ ਹੁੰਦੇ ਸਨ, ਪੁਰਾਣੇ ਬੇਕਰਸ ਹੁੰਦੇ ਸਨ, ਕਿਸ ਤਰ੍ਹਾਂ ਹੁੰਦੇ ਸਨ, ਉਹਨਾਂ ਬਾਰੇ ਇਸ ਵਿੱਚ ਪੜ੍ਹਿਆ ਕਿ ਪੁਰਤਗਾਲੀ ਲੋਕ ਗੋਆ ਦੇ ਵਿੱਚ ਰਹਿੰਦੇ ਹੁੰਦੇ ਸਨ, ਉਸ ਸਮੇਂ ਕਿਸ ਤਰ੍ਹਾਂ ਦੇ ਬੇਕਰ ਸਨ, ਅਤੇ ਉਸ ਤੋਂ ਬਾਅਦ ਵੀ ਜੋ ਬੇਕਰ ਸਨ ਹਾਲੇ ਵੀ ਗੋਆ ਦੇ ਵਿੱਚ ਦੇਖਣ ਨੂੰ ਮਿਲਦੇ ਹਨ, ਭਾਵੇਂ ਦੀ ਉਹ ਪੁਰਾਣੇ ਬੇਕਰਸ ਨਹੀਂ ਰਹੇ, ਪਰ ਉਹਨਾਂ ਦੇ ਅੱਗੇ ਜੋ ਅਗਲੀਆਂ ਪੀੜ੍ਹੀਆਂ ਆਈਆਂ ਉਹਨਾਂ ਨੇ ਇਹੀ ਕੰਮ ਚਲਾ ਲਿਆ ਕਿ ਹਾਲੇ ਵੀ ਉੱਥੇ ਬ੍ਰੈਡਸ ਵਗੈਰਾ ਬਣਾਏ ਜਾਂਦੇ ਹਨ, ਹਾਲੇ ਵੀ ਉੱਥੇ ਭੱਠੀਆਂ ਵਗੈਰਾ ਦੇਖੀਆਂ ਜਾ ਸਕਦੀਆਂ ਹਨ ਬ੍ਰੈਡਸ ਬਣਾਉਣ ਵਾਲੀਆਂ, ਤੇ ਬ੍ਰੈਡਸ ਬਣਾਉਣ ਵਾਲੇ ਅਲੱਗ-ਅਲੱਗ ਕਾਰੀਗਰ ਹਾਲੇ ਵੀ ਉੱਥੇ ਵੇਖੇ ਜਾ ਸਕਦੇ ਹਨ। ਓਕੇ ਸਟੂਡੈਂਟਸ, ਆਈ ਹੋਪ ਯੂ ਹੈਵ ਅੰਡਰਸਟੂਡ ਦਿਸ ਚੈਪਟਰ ਵੈਰੀ ਵੈਲ, ਐਂਡ ਆਫਟਰ ਦੈਟ ਆਈ ਵਿਲ ਕਮ ਵਿਦ ਅਨਦਰ ਪਾਰਟ ਆਫ ਦਿਸ ਚੈਪਟਰ ਕੂਰ ਇਨ ਆਰ ਨੈਕਸਟ ਵੀਡੀਓ ਲੈਕਚਰ। ਥੈਂਕਸ।